ਮੁਸਤਾਹਸਨ ਸਾਹਿਬ, ਅਸਲ ਤਾਂ ਵੀਡੀਓ ਰਹਿ ਗਈ ਨਾ ਜੀ, ਜਿਹੜੀ ਫਾਰਮ ਦੀ ਬਣਨੀ ਚਾਹੀਦੀ ਹੈ। ਕੀ ਹਾਲ ਚਾਲ ਹੈ, ਖੈਰੀਅਤ ਨਾਲ ਹੋ? ਮੁਸਤਾਹਸਨ ਸਾਹਿਬ, ਜਨਾਬ ਮੁਸਤਾਹਸਨ ਭੱਟੀ ਸਾਹਿਬ ਸਿਆਲਕੋਟ ਤੋਂ ਤਸ਼ਰੀਫ ਲਿਆਏ ਨੇ, ਅਨਮੋਲ ਫੈਮਿਲੀ ਮੈਂਬਰ ਨੇ। ਮਾਸ਼ਾਅੱਲਾ, ਫਾਰਮ ਦਾ ਵਿਜ਼ਿਟ ਵੀ ਕੀਤਾ ਤੇ ਬਾਰਿਸ਼ ਹੋਈ ਹੋਈ ਹੈ ਤੇ ਗੱਪਸ਼ੱਪ ਚੰਗੀ ਹੋਈ ਹੋਈ ਹੈ, ਤੇ ਇਹ ਵੈਸੇ ਚੀਜ਼ਾਂ ਸਮਝਦੇ ਨੇ ਕਿ ਐਵੇਂ ਦੇ ਕੰਮ 'ਚ ਫਿਰ ਐਵੇਂ ਤਾਂ ਹੋ ਜਾਂਦਾ। ਮੁਸਤਾਹਸਨ ਸਾਹਿਬ, ਆਪਣਾ ਫਾਰਮ ਵਿਜ਼ਿਟ ਕੀਤਾ ਜੇ ਸਾਰਾ, ਛੋਟੇ ਬੱਚੇ ਵੀ ਵੇਖੇ ਜੇ, ਵੱਡੇ ਵੀ ਵੇਖੇ ਜੇ, ਜਾਨਵਰਾਂ ਦੀ ਹੈਲਥ ਦੇ ਬਾਰੇ 'ਚ ਕੀ ਰਾਏ ਦਿੰਦੇ ਹੋ? ਸਹੀ ਖਿਆਲ ਕਰਦੇ ਪਏ ਆ? ਕੋਈ ਦਿਲ 'ਚ ਹਿਰਕ ਤਾਂ ਨਹੀਂ? ਕੋਈ ਹਿਰਕ ਨਹੀਂ, ਪੱਕੀ ਗੱਲ ਹੈ, ਮੁਤਮਿਨ ਹੋ? ਤੁਸੀਂ ਨਾਲ ਆਇਓ ਜੀ, ਤੁਸੀਂ ਮਿੱਠੂ ਸਾਹਿਬ ਦੱਸੋ ਜ਼ਰਾ ਆਪਣੀ ਰਾਏ ਦਿਓ। ਮੁਸਤਾਹਸਨ ਸਾਹਿਬ, ਕੋਈ ਦੋਸਤਾਂ ਨੂੰ, ਅਨਮੋਲ ਫੈਮਿਲੀ ਮੈਂਬਰਾਂ ਨੂੰ ਕੋਈ ਪੈਗਾਮ ਦੇਣਾ ਚਾਹੋ? ਸਲਾਮ ਵੀ ਦਿੰਦੇ ਹਾਂ ਸਾਹਿਬ। ਚਲੋ ਜੀ, ਮੁਸਤਾਹਸਨ ਭੱਟੀ ਸਾਹਿਬ ਵੱਲੋਂ ਸਾਰੇ ਅਨਮੋਲ ਫੈਮਿਲੀ ਮੈਂਬਰਸ ਨੂੰ ਸਲਾਮ ਕਬੂਲ ਹੋਵੇ ਜੀ। ਇਸ ਟਾਈਮ ਮਾਸ਼ਾਅੱਲਾ ਫਾਰਮ 'ਤੇ ਮੌਜੂਦ ਹਾਂ। ਦੋ ਤਿੰਨ ਦਿਨ ਤੋਂ ਬਾਰਿਸ਼ ਜਿਹੜੀ ਹੈ ਉਹ ਆਬੋ ਤਾਬ ਨਾਲ ਜਾਰੀ ਹੈ ਜੀ, ਅਤੇ ਹੁਣ ਮਾਸ਼ਾਅੱਲਾ ਮੌਸਮ ਹਲੇ ਵੀ ਇਵੇਂ ਹੀ ਹੈ ਜੀ, ਅਤੇ ਅੱਲਾ ਦੀ ਖੈਰ ਹੋਵੇ, ਖੁਸ਼ ਰਹੋ, ਆਬਾਦ ਰਹੋ ਜੀ। ਜਜ਼ਾਕੁਮੁੱਲਾ ਖੈਰ, ਵਾਸਨ ਅਲ ਜਜ਼ਾ।